काले तितर का शौक करें। सुरेश भाई ये कितनी उम्र का है ये तितर? ये हां इनकी उम्र ये वाला कितनी उम्र का है? ये 2 साल है। ये भी 2 साल का है? ये 2 साल का। अच्छा 47 वाला यंग बेटा उम्मीद है कि आप सब ठीक ठाक होंगे। तो आज के व्लॉग का आगाज करते हैं। कुरेश भाई को ले आए जी सारे भाइयों ने मेरी तरफ अस्सलाम वालेकुम। माशाल्लाह जी आओ मिलने भाई कुरेश नु। दोस्तों भाई की वीडियो जो है पहले भी अपलोड है। माहौल है माशाल्लाह ते बड़ा ही मेरे भाइयों का दिल राजी होवेगा। तो ये पुराना रिवाज ये तंदियां वाला जी ये वेखो सराहने सुरुने ते पौने उत्ते सुकते पे जे मीह वसिया ते बड़ा ही दिल राजी हुंदा पे जे ते मौसम। अस्सलाम वालेकुम। वालेकुम अस्सलाम। कुरेश भाई की हाल है? ठीक ठाक है यार। और ठीक ठाक है? दुआओं खैर भाई जान। अस्सलाम वालेकुम गौरी भाई जान। क्या ठीक हो? खैरियत है? तबीयत से ठीक है जी। शुक्र अल्लाह तआला ज्यादा जी। साडा बड़ा प्यारा दोस्त है जी। रब सोना सेहत देवे तंदुरुस्ती देवे। भाई दे दो बेटे ने ते चार बेटियां जी। रब दा करम जी। शुक्र रब दी रहमतां ने। बहुत करम माशाल्लाह। बहुत करम माशाल्लाह। शुक्र भाई हाथ तो मजदूर है। हाथ भाई दा कट गया सी टोके विच। अच्छा बोले ना बटे। हां जी ते जानवरां दा शौक करदा है। जानवर पालदा है। ਤੇਤਰ ਤੁਤਰ ਹਾਂ ਸਹੀ ਹੱਥਾਂ ਦਾ ਕੱਟ ਗਿਆ ਸੀ ਤੇ ਅੱਲਾ ਮਾਲਕ ਸਿਹਤ ਦੇਵੇ ਤੰਦਰੁਸਤੀ ਦੇਵੇ ਹੱਕ ਲਾਲ ਰਜ਼ਕ ਕਮਾਂਦਾ ਹੈ। भाई की वीडियो पहले भी चैनल पर अपलोड है तो बहुत अच्छा इन्होंने ज़बरदस्त शौक किया हुआ है। तो इनका शौक देखकर दिल खुश हो जाता है। और देखें नज़ारा करें बिल्कुल सिंपल सा एक इन्होंने सेटअप किया हुआ है। और ये देखें इन्होंने देखो लकड़ा टुक टुक ढेर ला देते जी। ये बाबा उके दे तंबाकू सही करते पाई जाता है। ਆਪ ਸਾਹਿਬ ਨੇ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਅੱਲਾ ਮਾਲਕ ਸਿਹਤ ਦੇਵੇ ਸਭ ਨੂੰ ਜੀ। ਇਹ ਭਾਈ ਦਾ ਮਾਸ਼ਾਅੱਲਾ ਸ਼ੌਕ ਹੈ ਜੀ। ਚੈੱਕ ਕਰਾਓ ਇਹ ਕਿੰਨੇ ਬੱਚੇ ਨੇ ਜੀ ਇਹਦੇ ਵਿੱਚ ਦੋਨਾਂ ਦੇ? 10 10 ਬੱਚੇ ਨੇ। ਬੱਚੇ ਨੇ ਮਾਸ਼ਾਅੱਲਾ ਖੁੱਲ ਬਾਹਰ ਆ ਜਾਣਗੇ ਬਾਹਰ। ਅੱਛਾ ਮਾਸ਼ਾਅੱਲਾ ਰੌਣਕ ਲੱਗ ਗਈਆਂ ਜੀ। ਵਾਹ ਜੀ ਵਾਹ। ਮੇਰੇ ਭਾਈਆਂ ਦਾ ਵੀ ਦਿਲ ਰਾਜੀ ਹੋ ਜਾਵੇਗਾ। ਮਾਸ਼ਾਅੱਲਾ ਇਹ ਭਾਈ ਦਾ ਮਕਾਨ ਜੀ ਸਾਹਮਣਾ ਜੀ। ਹਾਂ ਜੀ ਇਹ ਛੱਪਰ ਇਹ ਭਾਈ ਦਾ ਘਰ ਹੈ। ਇੱਥੇ ਰਹਿੰਦਾ ਹੈ। ਹੁਣ ਬਾਰਿਸ਼ ਦੀ ਵਜ੍ਹਾ ਤੋਂ ਸਮਾਨ ਸਮੂਨ ਪਰਲੇ ਗੁਆਂਢੀਆਂ ਦੇ ਘਰੇ ਰੱਖਿਆ ਜੀ। ਅਤੇ ਇਹ ਭਾਈ ਦਾ ਚੁੱਲ੍ਹਾ ਹੈ। ਉਹ ਸਾਲਣ ਪੱਕੀ ਜਾਂਦਾ ਹੈ ਜੀ। ਸਾਦਾ ਜਿਹਾ ਮਾਹੌਲ ਹੈ ਅਤੇ ਨਾਲ ਹੀ ਤੰਦੂਰ ਲੱਗਿਆ ਹੋਇਆ ਜੇ ਪਾਂਦੀ ਕੋਣੀ ਗਾ। ਅਤੇ ਇਹ ਵੱਡੇ ਤਿੱਤਰ ਨੇ। ਇਹ ਇਹ ਵੀ ਭਾਈਆਂ ਨੂੰ ਸ਼ੌਕ ਕਰਾ ਦੇ। ਇਹ ਮਾਦੀ ਹੈ। ਮਾਦੀ ਮਾਸ਼ਾਅੱਲਾ ਜੀ ਬੜੀ ਚੰਗੀ ਜੇ। ਇਹ ਕਿੰਨੇ ਕੁ ਸਾਲਾਂ ਦੀ ਤਕਰੀਬਨ? मकान मालिक तंदुरुस्ती सोहना जा मकान पवावे। ਬੱਚੀਆਂ ਦਾ ਸਾਥ ਹੈ। ਰੱਬ ਸੋਹਣਾ ਕਾਮਯਾਬੀ ਦੇਵੇ। ਤੇ ਤਵੀ ਇਹਦੇ ਤੇ ਰੋਟੀਆਂ ਪੱਕਦੀਆਂ ਜੀ। ਹਾਂ ਤੇ ਇਹਦੇ ਨਾਲ ਸੇਕਣਾ ਵੀ ਹੁੰਦਾ ਹੈ ਰੋਟੀ ਸੇਕਣ ਵਾਲਾ। ਕੋਲਿਆਂ ਤੇ ਬੜੀ ਸੋਹਣੀ ਬਸ ਲਿਆ। ਇਹਦੇ ਵਿੱਚ ਅੱਗ ਬਲੇਗੀ ਉੱਤੇ ਰੋਟੀ ਪੱਕੇਗੀ ਅੱਧੀ ਉੱਤੇ ਪੱਕੇਗੀ ਫਿਰ ਮਾਈਆਂ ਇੱਥੇ ਸੇਕ ਲੈਂਦੀਆਂ। ਦੋ ਜਣੇ ਲਾਵਣ ਦੇ ਦੱਸ ਉੱਤੋਂ ਲਾਵਣਗੇ ਕਿਸ ਤਰੀਕੇ ਨਾਲ? ਇੱਥੇ ਰੋਟੀ ਪਈ ਐਵੇਂ। ਹਾਂਜੀ ਇੱਥੇ ਇੱਥੇ ਥੱਲੇ ਦੇ ਕੇ ਤੇ ਐਵੇਂ ਲਾ ਕੇ ਇੱਥੇ ਥੱਲੇ ਆ ਜਾਏਗੀ ਇੱਥੇ ਕੋਲਿਆਂ ਦੇ। ਹਾਂ ਸਹੀ ਹੈ। ਦੇਸੀ ਮੋਲ ਹੈ ਨਾ? ਦੇਸੀ ਮੋਲ। ਇਹ ਪੁਰਾਣੇ ਜ਼ਮਾਨੇ ਦੇ ਤਮਾਕੂ ਕੁੱਟਣ ਵਾਲੀ ਹੈ ਉਖਲੇ ਜੀ। ਹਾਂ ਤਮਾਕੂ ਕੁੱਟਣ ਮਾਤੇ ਇੱਥੇ ਤਮਾਕੂ ਕੁੱਟ ਕੁੱਟਦੇ ਤੇ ਖਲ ਬਣਾ ਦਿੰਦੇ ਸਨ ਬਜ਼ੁਰਗ। ਅੱਛਾ ਉਹ ਤਾਂ ਤਾਕਤਾਂ ਨਹੀਂ ਰਹੀਆਂ ਤੇ ਨਾ ਉਹ ਤਮਾਕੂ ਰਹਿ। ਹਾਂ ਬਿਲਕੁਲ। ਹਾਂਜੀ ਤੇ ਸਾਦਾ ਜਿਹਾ ਮਾਹੌਲ ਤੇ ਇਹ ਗੋਹਿਆਂ ਦੇ ਲੱਗੇ ਪਏ ਜੇ ਢੇਰ ਇਹਨੂੰ ਆਖਦੇ ਨੇ। ਮਈਆਂ ਵਾਲਾ ਪਿੰਡ ਗੋਹਿਆਂ ਤੋਂ ਸਿਆਪ ਜਾਂਦਾ ਹੈ। ਹਾਂਜੀ ਤੇ ਇੱਥੇ ਬਾਲਣ ਦੀ ਕਮੀ ਹੈ। ਭਾਈ ਦੀਆਂ ਮਈਆਂ ਤਾਂ ਕੋਣੀਆਂ ਪਰ ਗੋਹਿਆ ਗਾਇਆ ਲਿਆ ਤੇ ਇੱਥੇ ਥੱਪ ਥੁੱਪ ਲੈਂਦੇ ਨੇ ਬਾਲ। ਸਹੀ ਇਹ ਇੱਥੇ ਮਚਾਈ ਮਚੂਰੀ। ਕੁਰੇਸ਼ ਭਾਈ ਕੇ ਵਾਲਿਦ ਸਾਹਿਬ ਜੋ ਹੈ ਨਾ वो तकरीबन जब 1947 की जंग हुई थी उस वक्त की यादें जो है ना उनके जहन में। तो अमीन भाई कहते हैं कि वो हम अपने भाइयों को दिखाते हैं और सुनाते हैं कि वो क्या सूरत हाल थी और कैसे वो आलैदगी हुई। तो बाबा जी की गुफ्तगू सुनते हैं। 9 साल जो तो पाकिस्तान की आलैदगी हुई उस टाइम 9 साल के पहले इकट्ठे रहते सारे
ਦੰਦ ਟੁੱਟ ਗਏ। 70 ਸਾਲਾਂ ਤੋਂ ਬਾਅਦ ਦੰਦ ਟੁੱਟਦੇ ਨੇ ਕਦੋਂ ਹਿੰਦੁਸਤਾਨ ਦੀ ਪਾਕਿਸਤਾਨ ਦੀ ਵੰਡ ਹੋਈ? ਵੰਡ ਹੋਈ ਹੈ ਨਾ ਬੰਨੇ ਦੇ ਅਖਤਿਆਰ ਨਾਲ। ਅੱਛਾ, ਜਦੋਂ ਜ਼ੀਰੋ ਨੇ ਰੱਖੀ ਗਈ ਮਤਲਬ ਵੱਟ। ਜੀ ਜੀ, ਬਾਅਦ ਜਦੋਂ ਪਾਕਿਸਤਾਨ ਹਿੰਦੂ ਬਜਦੇ ਤੇ ਮੁਸਲਮਾਨ ਆਉਂਦੇ ਉਹ ਦੱਸਣਾ। ਉਹ ਤੈਨੂੰ ਯਾਦ ਹੈ? ਉਹ ਯਾਦ ਹੈ ਤੇ ਇਸਦਾ ਇਹ ਸਾਦਕੀ ਦਾ ਅਤੇ ਜਿਹੜਾ ਬੰਨਾ ਪਿਆ ਪਾਕਿਸਤਾਨ ਦਾ ਉਹਦਾ ਮੈਨੂੰ ਪਤਾ ਕੋਈ ਨਹੀਂ। ਇਹ ਸਾਦਕੀ ਕਦੋਂ ਬਣੀ ਹੈ ਉਦੋਂ ਤੈਨੂੰ? ਉਦੋਂ ਮੈਨੂੰ ਪਤਾ ਕੋਈ, ਮੇਰਾ ਪਿਓ ਦਿਹਾੜੀਆਂ ਕਰਦਾ ਰਹੇ। ਇਹ ਸਾਦਕੀ ਤੇ? ਇਹ ਸਾਦਕੀ ਤੇ। ਅਤੇ ਦਿਹਾੜੀ ਕਿੰਨੀ ਹੁੰਦੀ ਸੀ? ਦਿਹਾੜੀ ਹੁੰਦੀ ਸੀ 4 ਆਨੇ। 4 ਆਨੇ ਦਿਹਾੜੀ ਮਿਲਦੀ? 4 ਆਨੇ ਦਿਹਾੜੀ ਜਦੋਂ 16 ਦਾ ਰੁਪਈਆ ਸੀ। ਅੱਛਾ, 16 ਦਾ ਰੁਪਈਆ ਸੀ? 16 ਆਨਿਆਂ ਦਾ। 16 ਆਨਿਆਂ ਦਾ? ਹਾਂਜੀ। 4 ਆਨਿਆਂ 'ਚ ਦਿਹਾੜੀ ਪੂਰੀ? ਦਿਹਾੜੀ ਹੁੰਦੀ ਸੀ ਪੂਰੀ। ਅਤੇ ਕਾਹਦੇ ਨਾਲ ਬਣਿਆ ਸੀ? ਇੱਟਾਂ ਦੇ ਬੰਗਲੇ ਅਤੇ ਇੱਥੇ ਹੈਡ ਦੀਆਂ ਸ਼ਪੀਕ ਰੰਗੜ ਦੇ ਮਰੱਬੇ ਦੇ ਵਿੱਚ ਬੱਠਾ ਸੀ ਲੱਗਾ ਹੋਇਆ। ਪਿੱਛੇ ਚੱਕ ਤੇ ਆਪਣੀ ਲੈ ਗਈ। ਅੱਛਾ, ਲੈਣ ਦੇ ਜ਼ਰੀਏ ਡੱਬਾ ਇੱਟਾਂ ਵਾਲਾ ਜੋੜੀ ਆਈ ਲੈਣ। ਅੱਛਾ, ਨਹਿਰ ਦੀ ਪੜੀ ਤੇ ਪੜੀ ਹੈਗੀ ਸੀ ਪਿੰਡ 8-10 ਕਦਮਾਂ ਦੀ ਸਾਦਕੀ ਦੀ। ਠੀਕ, ਹੁਣ ਸਮਝ ਆਈ? ਸਮਝ ਆ। ਇਸ ਬੰਗਲੇ ਹੈਡ ਤੋਂ ਰੱਖਦੇ ਬੱਚੇ। ਬਾਬਾ, ਸਾਨੂੰ ਹਾਲੇ ਤੀਕਰ ਕਿਸੇ ਨੇ ਦੱਸਿਆ ਵੀ ਇਸ ਦੇ ਉੱਤੇ ਰੇਲ ਗੱਡੀ ਵੀ ਚੱਲਦੀ ਰਹੀ ਹੈ। ਸਿਰਫ ਇੱਟਾਂ ਵਾਸਤੇ ਚੱਲਦੀ ਰਹੀ, ਆਮ ਵਾਸਤੇ ਨਹੀਂ। ਇੱਟਾਂ ਢੋਈਆਂ ਨੇ ਉਹਨਾਂ ਨੇ? ਉਹਨਾਂ ਆਹਦਾ ਕੰਮ ਕੀਤਾ ਅੰਗਰੇਜ਼ ਨੇ। ਅੱਛਾ, ਅੰਗਰੇਜ਼ ਦੇ ਦੌਰ 'ਚ? ਅੰਗਰੇਜ਼ ਨੇ ਆਹਦਾ ਕੰਮ ਕੀਤਾ, ਕਿਸੇ ਦਾ ਨਹੀਂ ਕੀਤਾ। ਸਹੀ ਸਹੀ। ਉਹ ਰੇਲ ਤੇ ਰੇਲ ਦਾ ਮਗਰ ਇੱਕ ਡੱਬਾ ਇੱਟਾਂ ਵਾਲਾ। ਠੀਕ, ਅੱਗੇ ਜਾਣਾ ਮਤਲਬ ਛੋਟਾ ਸਾਰਾ ਆਈਆਂ ਕੋਲੇ ਵਾਲਾ। ਠੀਕ ਠੀਕ। ਉਹ ਕੋਲੇ ਚੁੱਕ ਤੇ ਵੇਚਦੇ ਰਹੇ ਡੂੰਘੇ। ਮੋੜ ਤੇ ਖੜਵਾ ਤੇ ਮਜ਼ਦੂਰਾਂ ਨੇ ਉਹ ਡੱਬਾ ਭਰ ਦੇਣਾ ਤੇ ਇੰਜਣ ਸਟਾਰਟ ਕੀਤਾ ਤੇ ਲੈਣ ਦੇ ਉੱਤੇ ਆਰਾਮ ਨਾਲ ਲਈ ਆਏ। ਇੱਥੇ ਚੱਲ ਆਈਆਂ ਤੇ ਉਵੇਂ ਆਪਣਾ ਵਾਪਸ ਲੈ ਗਏ। ਮੈਂ ਤੁਸੀਂ ਸਿੱਖਾਂ ਭਰਾਵਾਂ ਨਾਲ ਲੈਣ ਦੇਣ ਨਿਯੰਤਰ ਬਾਜੀ ਇਕੱਠੇ ਰਹਿੰਦੇ ਖੇਡਦੇ ਖੂਡਦੇ? ਇਸ ਤਰ੍ਹਾਂ ਅਸੀਂ ਮਤਲਬ ਹਿੰਦੂਆਂ ਦੇ ਮੁਸਲਮਾਨ ਸਾਰੇ ਇਕੱਠੇ ਰਲਦੇ ਨਾ। ਹਾਂਜੀ, ਤੇ ਦੇ ਚਰਾਂ ਤੇ ਚੋਰ ਦੱਸ ਨਾ ਤੂੰ ਮੇਰੇ ਚੁੱਤੀ ਖਾਤਾ ਖਾ ਗਿਆ, ਮੈਂ ਤੇਰੀ ਖਾ ਗਿਆ। ਅੱਛਾ, ਦੇ ਮਾਲ ਮੁਲ ਇਕੱਠੇ ਚਰਾਂ ਦੇ ਰੋਟੀਆਂ ਖਾਂਦੇ ਬੜਾ ਲੱਭ ਜਾਣਾ ਤੇ ਪਾ ਲੈਣਾ ਤੂੰ ਮੇਰੇ ਕੋਲ ਘੋ ਲਿਆ, ਮੈਂ ਤੇਰਾ ਕੋਲ ਘੋ ਲਿਆ। ਉਹ ਬੱਚਿਆਂ ਦੀ ਗੱਲ ਹੈ। ਹਾਂਜੀ, ਸਿੱਖਣਾਂ ਦੀ ਗੱਲ ਨਹੀਂ। ਠੀਕ ਠੀਕ। ਉਦੋਂ ਦੀਆਂ ਹਨ ਬੱਚਾ। ਠੀਕ ਹੋ ਗਿਆ। ਤੇ ਇਹ ਮਤਲਬ ਪਤਾ ਉਹ ਵੱਟ ਪਤਾ ਨਹੀਂ ਕਦੋਂ ਦੀ ਬਣੀ ਹੈ ਤੇ ਕਦੋਂ ਦੀ ਨਹੀਂ। ਮੈਂ ਤਾਂ ਤੇਰੇ ਕੋਲ 1947 ਵਾਲਾ ਜੰਗ ਵੇਖਿਆ ਤਸੱਲੀਆਂ ਨਾਲ ਇਸ ਮੁਨਸੇ ਬਾਰੇ। ਇਹ ਸ਼ੁਕਰ ਹੈ ਰੱਬ ਦਾ ਕਰਮ ਹੈ, ਕਿਹੜਾ ਤੇਰਾ ਜ਼ਿਹਨ ਹਲੇ ਤੀਕਰ ਸਹੀ ਹੈ ਵੀ ਤੂੰ ਜੰਗ ਦੀ 1947 ਵਾਲਾ ਜੰਗ ਵੇਖਿਆ ਹਲੇ ਤੀਕਰ? ਤੇ ਯਾਰ ਵੇਖਿਆ ਤੂੰ ਬੱਚੇ ਦਾ ਜ਼ਿਹਨ ਕੰਪਿਊਟਰ ਤੇ ਰਹੇ। ਬਿਲਕੁਲ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੇਖੋ 1947 ਦੀ ਬਾਬਿਆਂ ਨੂੰ ਗੱਲ ਹਲੇ ਤੀਕਰ ਯਾਦ ਹੈ। ਬਿਮਾਰੀਆਂ ਲਈ ਖੜੀਆਂ ਨੇ ਹੁਣ ਮੈਂ ਟੀਕੇ ਲਵਾ ਤੇ ਆਇਆ ਮੇਰੇ ਸਿਰ ਦੇ ਵਿੱਚ 24 ਦਿਨ ਅਟਕ ਪਟਕ ਅਟਕ। ਅੱਲਾ ਸਿਹਤ ਦੇਵੇ ਰੱਬ ਸੋਹਣਾ, ਤੰਦਰੁਸਤ ਠੀਕ ਹੋਇਆ ਕੀ ਨਹੀਂ। ਇੱਕ ਕੁਰੇਸ਼ ਬਾਬਾ ਤੁਹਾਡਾ ਸਭ ਤੋਂ ਵੱਡਾ ਬੇਟਾ ਹੈ, ਕਿੰਨੇ ਬੇਟੇ ਨੇ? ਮੇਰੇ ਟੱਬਰ 2 ਹੈ, ਇੱਕ ਦੇ ਵਿੱਚ ਉਹਦਾ ਘਰ ਉਹਦਾ ਨਾਂ ਆਸ਼ਕ। ਠੀਕ ਠੀਕ ਠੀਕ। ਹੁਣ ਸਮਝ ਆ ਰਿਹਾ, 2 ਸ਼ਾਦੀਆਂ ਸਨ ਉਹਦੇ 'ਚ, ਬੇਟਾ ਇੱਕ ਹੋਇਆ ਉਹ ਮਰ ਗਿਆ। ਅੱਛਾ, ਹਟਦੇ ਨੇ ਇਹਨਾਂ ਦੀ ਇਹ ਮਹਾਂਕੁਰੇਸ਼ਵਰਾਂ ਦੀ ਲਈ, ਇਹਨਾਂ 'ਚੋਂ ਵੱਡਾ ਇਹ 6-5 ਚਵਾਂ ਉਹ। ਠੀਕ ਠੀਕ। ਇਹ ਕੁਰੇਸ਼ ਭਾਈ ਦਾ ਕਿਸ ਟਾਈਮ ਹੱਥ ਗੇਰ 'ਚ ਆਇਆ ਨਾ ਤੇ ਬੰਦਿਆਂ ਨੇ ਜਾ ਤੇ ਬਾਬਾ ਬਾਹਰ ਸੀ, ਬਾਬੇ ਨੂੰ ਜਾ ਤੇ ਦੱਸਿਆ ਤੇ ਬਾਬੇ ਨੇ ਇਹ ਗੱਲ ਕੀਤੀ ਵੀ ਕੁਰੇਸ਼ ਦਾ ਹੱਥ ਨਹੀਂ ਵਢੀਜਾ, ਮੇਰਾ ਹੱਥ ਵਢੀ ਗਿਆ। ਹਾਂਜੀ, ਇਕਬਾਲ ਬੱਟੂ ਨੂੰ ਖੁਦ ਆਖਿਆ ਨਾ। ਹਾਂ, ਇਹਨੇ ਹੱਥ ਕੁਰੇਸ਼ ਦਾ ਨਹੀਂ ਵਢੀਜਾ, ਮੇਰਾ ਹੱਥ ਵਢੀ ਗਿਆ, ਕਿਉਂਕਿ ਪੁੱਤਰ ਸੀ
बाबे का हाथ सी ते किसी दे पुत्र दा हाथ वड़ी गया ते वो समझ लो बाबे दा हाथ कटया। सही गल है, बिल्कुल जी। हां गल है, बात है जी। बाबे वास्ते दुआ करनी है इंशाल्लाह जी। दोस्तों याद रखने आखदे ने, दोस्तों काले तितर का शौक करते हैं जी। काला तितर जो है ना वो भाई ने दूसरी साइड पे रखा हुआ है, फसलों का नजारा कर रहा है। ठीक है, देखते हैं। ये देखें जी, काले तितर का शौक करें जी। जी कितनी उम्र वाला भाई है सुरेश भाई? ये कितनी उम्र दा है ये तितर? ये दूसरा नारे। अच्छा अपने तो इतने नस्ल है कौन? तेन कितों मिल गई बी? बस जी किसी यार दोस्त ले आती है इस इलाके चो। बड़ी गल, बड़ी गल दोस्तों। बकरी का शौक करेंगे और ये देखेंगे माशाल्लाह इन्होंने यहाँ पे इनके खुली वगैरह का इंतजाम किया हुआ है और एक ही बकरी यहाँ पे और कान छोटे जे ते वहाँ पे खड़ी है। थान चढ़े दी चंगी, पीछे लुई चंगी है बकरी दी जिसम जुसम। उम्मीद है कि आज का हमारा व्लॉग आपको बहुत पसंद आया होगा। अगर आपको हमारा व्लॉग पसंद आया तो लाइक, चैनल को सब्सक्राइब कर लीजिएगा। मिलते हैं किसी नेक्स्ट और न्यू व्लॉग के साथ। तो अपना बहुत सारा ख्याल रखिएगा, दुआओं में याद रखिएगा, बहुत सारा प्यार। अल्लाह हाफिज़। अल्लाह हाफिज़।